ਕਿੱਧਰ ਗਿਆ ਸੀ ਪੁੱਤ? ਕੋਈ ਤੇਰੇ ਨਹੀਂ, ਮੈਂ ਤਾਂ ਇੱਥੇ ਤਾਂ ਖੇਡੀ ਜਾਂਦੇ ਸੀ ਭੋਲੇ ਹੋਰੀ ਮੋੜ ਤੇ, ਉਹਨਾਂ ਕੋਲੇ ਬੈਠਾ ਸੀ। ਅੱਛਾ ਅੱਛਾ, ਕਿੱਧਰ ਗਈ ਬੇਬੇ ਸਪਾਲ? ਇੱਥੇ ਸੀ, ਹਾਂ ਉੜਾੜਾ ਜਿਹਾ ਪੜੀ ਜਾਂਦੀ ਸੀ, ਪਤਾ ਨਹੀਂ ਠੀਕ ਹੋ ਗਈ ਕਿ ਨਾ। ਬੜਾ ਯਾਰ ਬੇਬੇ ਔਖਾ ਹੋਇਆ ਪਿਆ ਇਹਦਾ ਵੀ, ਹੈ ਨਾ? ਇਹੋ ਜਿਹੀ ਬਿਮਾਰੀ ਤਾਂ ਕਦੇ ਦੁਨੀਆ 'ਤੇ ਨਹੀਂ ਸੁਣੀ ਸੀ। ਤੂੰ ਕਾਹਦੀ ਸੁਣਨੀ ਸੀ, ਇਹ ਤਾਂ ਕਿਸੇ ਨੇ ਵੀ ਨਹੀਂ ਸੁਣੀ ਤੀ, ਮੇਰੀ ਐਡੀ ਉਮਰ ਹੋ ਗਈ ਸੁਣੀ ਤਾਂ ਮੈਂ ਵੀ ਨਹੀਂ। ਦੇਖ ਲੈ ਕਿੰਨੇ ਡਾਕਟਰਾਂ ਨੂੰ ਦਿਖਾਤੀ, ਡਾਕਟਰ ਕਹਿੰਦੇ ਸਾਡੀ ਤਾਂ ਸਮਝ 'ਚ ਨਹੀਂ ਆਉਂਦੀ ਇਹ ਬਿਮਾਰੀ। ਬੇਪੁੱਤ ਡਾਕਟਰਾਂ ਦੇ ਕੀ ਸਮਝ 'ਚ ਆਉਣੀ ਸੀ, ਡਾਕਟਰਾਂ ਨੇ ਤਾਂ ਆਪ ਨਹੀਂ ਕਦੇ ਇਹ ਬਿਮਾਰੀ ਸੁਣੀ ਸੀ। ਜਿੱਦੇ ਮੈਂ ਲੁਧਿਆਣੇ ਲੈ ਕੇ ਗਿਆ, ਲੁਧਿਆਣੇ ਵਾਲਾ ਡਾਕਟਰ ਕਹਿੰਦਾ ਵੀ ਦੱਸੋ ਕੀ ਤਕਲੀਫ ਹੈ ਇਹਨੂੰ। ਮੈਂ ਕਿਹਾ ਜੀ ਕਦੇ ਤਾਂ ਇਹ ਆਪਦੇ ਆਪ ਨੂੰ ਬੱਚਾ ਸਮਝਣ ਲੱਗ ਜਾਂਦੀ ਹੈ, ਕਦੇ ਆਪਦੇ ਆਪ ਨੂੰ ਇਹ ਬੁੜੀ ਸਮਝਣ ਲੱਗ ਜਾਂਦੀ ਹੈ। ਉਹ ਵੀ ਹੈਰਾਨ ਰਹਿ ਗਿਆ। ਉਹ ਕਹਿੰਦਾ ਭਰਾਵਾ ਮਾਨਸਿਕ ਰੋਗੀ ਤਾਂ ਮੈਂ ਬਹੁਤ ਠੀਕ ਕਰੇ ਨੇ, ਪਾਗਲ ਤੋਂ ਪਾਗਲ ਵੀ ਮੈਂ ਠੀਕ ਕਰੇ ਨੇ, ਪਰ ਇਹ ਬਿਮਾਰੀ ਮੈਂ ਪਹਿਲੀ ਵਾਰੀ ਸੁਣੀ ਹੈ, ਮੇਰੇ ਤਾਂ ਬੱਸੋਂ ਬਾਹਰ ਹੈ। ਕਹਿੰਦਾ ਕਿਸੇ ਹੋਰ ਡਾਕਟਰ ਨੂੰ ਦਿਖਾ ਲਓ। ਉਹੀ ਤਾਂ ਗੱਲ ਹੈ ਪੁੱਤ, ਡਾਕਟਰਾਂ ਨੂੰ ਸਮਝ ਹੀ ਨਹੀਂ ਆਉਂਦੀ ਇਹਦੀ ਬਿਮਾਰੀ। ਆਪਾਂ ਜਦੋਂ ਉਦੋਂ ਚੰਡੀਗੜ੍ਹ ਲੈ ਕੇ ਗਏ ਤੇ ਦੇਖਾ, ਉਦੋਂ ਨੀਂਦ ਜੀ ਦੀਆਂ ਗੋਲੀਆਂ ਦੇਤੀਆਂ, ਨੀਂਦ ਤਾਂ ਇਹਨੂੰ ਜ਼ਰੂਰ ਆ ਜਾਂਦੀ ਸੀ, ਪਰ ਹੋਰ ਤਾਂ ਕੋਈ ਅਸਰ ਨਹੀਂ ਹੋਇਆ। ਦਾਲ ਫਰਕ ਵੀ ਨਹੀਂ ਪਿਆ। ਮਰ ਜਾਣਾ ਪਚੋਲਾ ਵੀ ਆਪਣੇ ਨਾਲ ਤਾਂ ਧੋਖਾ ਕਰ ਗਿਆ, ਉਹਨੇ ਵੀ ਨਹੀਂ ਦੱਸਿਆ ਵੀ ਇਹਨੂੰ ਇਹ ਬਿਮਾਰੀ ਹੈ। ਪਤਾ ਨਹੀਂ, ਉਹ ਤਾਂ ਕਹਿੰਦੇ ਅੱਗੇ ਵਿਆਹ ਤੋਂ ਬਾਅਦ ਤੁਹਾਡੇ ਕੋਲ ਆ ਕੇ ਆਏ ਹੋਈ, ਇੱਥੇ ਤਾਂ ਅੱਗੇ ਚੰਗੀ ਭਲੀ ਤੀ, ਬਸ ਇਹ ਕਹਿੰਦੇ ਪੀਂਘ ਤੋਂ ਡਿੱਗੀ ਤੀਗੀ ਛੋਟੀ ਹੁੰਦੀ, ਹੋਰ ਤਾਂ ਇਹਨੂੰ ਕੋਈ ਅੱਗੇ ਉਹ ਨਹੀਂ ਹੋਇਆ ਹੈਗਾ। ਕਹਿੰਦੇ ਬਸ ਸਿਰ 'ਚ ਸੱਟ ਜੀ ਵੱਜੀ ਤੀਗੀ, ਰੱਬ ਜਾਣਦਾ ਵੀ ਪਹਿਲਾਂ ਹੈਗੀ ਤੀ ਕਿ ਆਪਣੇ ਕੋਲ ਆ ਕੇ ਹੋਈ ਹੈ। ਹੁਣ ਨਿਕਲੇ ਕਿ ਨਾ ਬਚਪਨ 'ਚੋਂ ਬੇਬੇ, ਮੈਂ ਤਾਂ ਚਾਹ ਪੀਣੀ ਤੀ। ਪੁੱਤ ਦੇਖ ਲੈ ਜੇ ਨਿਕਲਿਆ ਹੀ ਹੋਵੇ, ਨਹੀਂ ਫਿਰ ਮੈਨੂੰ ਦੱਸ ਦੀ, ਮੈਂ ਬਣਾ ਦੂੰ। ਦੇਖਦਾ ਚੰਗਾ। ਲੈ ਉਹ ਬੈਠੀ। ਸਰਪਾਲ ਨਿਕਲੀਆਂ ਕਿ ਨਾ ਬਚਪਨ ਚੋਂ ਅਜੇ? ਉਹ ਡੈਡੀ ਆ ਗਿਆ। ਚੀਜ਼ੀ ਲੈ ਮੇਰੇ ਵਾਸਤੇ। ਲੈ ਸਿਆਪਾ ਕਿਹੜਾ ਇੱਕ ਹੈ, ਕਦੇ ਡੈਡੀ ਬਣਾ ਲੈਂਦੀ ਹੈ, ਕਦੇ ਪੁੱਤ ਬਣਾ ਲੈਂਦੀ ਹੈ। ਚੀਜ਼ੀ ਦਾ ਮੈਂ ਭੁੱਲਿਆ ਤੇਰੀ। ਮੈਨੂੰ ਨਹੀਂ ਪਤਾ ਡੈਡੀ, ਮੈਨੂੰ ਤਾਂ ਕੁਰਕਰੇ ਲਿਆ ਕੇ ਦੇ। ਕਾਹਦਾ ਯਾਰ, ਉਹ ਮੈਂ ਭੁੱਲਿਆ ਆ, ਫਿਰ ਲਿਆ ਦੂੰਗਾ ਕੋਈ ਨਾ। ਨਾਲੇ ਬਿਸਕੁਟ ਲਿਆ ਕੇ ਦੇ ਤਾਂ ਨਾ ਖਾਣੇ ਨੇ। ਲੈ ਇਹ ਚਾਹ ਨਾਲ ਬਿਸਕੁਟ ਖਾਣ ਨੂੰ ਫਿਰਦੀ ਹੈ, ਮੈਂ ਇਕੱਲੀ ਚਾਹ ਨੂੰ ਤਰਸਦਾ ਫਿਰਦਾ। ਚੱਲ ਬੇਬੇ ਨੂੰ ਕਹਿਣਾ ਜਾ ਕੇ। ਡੈਡੀ ਭੁੱਲ ਨਾ ਜਾਈਂ, ਲਿਆ ਦੀ ਬਿਸਕੁਟ ਤੇ ਕੁਰਕਰੇ। ਲਿਆ ਦੂੰ ਲਿਆ ਦੂੰ। ਪਟ 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 ਪਟ। ਬੇਬੇ ਉਹ ਤਾਂ ਨਿਕਲੀ ਨਹੀਂ ਹਜੇ ਬਚਪਨ ਚੋਂ, ਉਹ ਤਾਂ ਪਿਛਲੇ ਪਾਸੇ ਨਾ ਮੰਜੇ ਨੂੰ ਗੱਡੀ ਬਣਾ ਕੇ ਪੈਂਦਾ 'ਚ ਲੱਤਾਂ ਫਸਾਈ ਬੈਠੀ ਹੈ। ਅੱਛਾ ਪੁੱਤ, ਇਹਦਾ ਕੋਈ ਪਤਾ ਨਹੀਂ ਕਦੋਂ ਨਿਕਲੂ ਪੈਂਦਾ 'ਚੋਂ ਇਹ। ਪੈਂਦਾ 'ਚੋਂ ਤਾਂ ਉਹਦੀ ਨਿਕਲੂ ਜਦੋਂ ਬਚਪਨ 'ਚੋਂ ਨਿਕਲੂ। ਹਾਂ ਇਹ ਤਾਂ ਗੱਲ ਤੇਰੀ ਠੀਕ ਹੈ। ਚੱਲ ਪੁੱਤ ਤੂੰ ਇੱਥੇ ਬਹਿ ਜਾ, ਮੈਂ ਬਣਾ ਦਿੰਦੀ ਹਾਂ ਚਾਹ ਤੈਨੂੰ। ਲਿਆ ਫਿਰ। ਚਾਹ ਪੀ ਵੀ ਲੈਤੀ ਤੁਸੀਂ ਨੇ, ਮੈਂ ਤਾਂ ਐ ਪੁੱਛਣਾ ਸੀ ਤੇਰੀ ਚਾਹ ਪੀਣੀ ਬਣਾਵਾ। ਨਿਕਲੇ ਹੀ ਤੂੰ ਬਚਪਨ ਚੋਂ? ਕਿਹੜੇ ਬਚਪਨ ਚ? ਅੱਛਾ ਮੈਂ ਫੇਰ ਬਚਪਨ ਚ ਵਗੀ ਦੀ। ਹੋਰ ਪੁੱਤ ਤੂੰ ਤਾਂ ਮੰਜੇ ਦੇ ਪਾਣਾ ਚ ਨਾ ਲੱਤਾਂ ਪਸਾ ਕੇ ਗੱਡੀ ਬਣਾਈ ਬੈਠੀ ਸੀ। ਅੱਛਾ ਬੇਬੇ, ਮੈਨੂੰ ਤਾਂ ਕੋਈ ਯਾਦ ਨਹੀਂ। ਚੱਲ ਕੋਈ ਨਾ, ਆ ਜਾ ਬਹਿ ਜਾ ਬਹਿ ਜਾ। ਤੁਸੀਂ ਕਿੱਧਰ ਵਗੇ ਤੇ? ਮੈਂ ਤਾਂ ਕਿੱਧਰ ਜਾਣਾ, ਮੈਂ ਤਾਂ ਇੱਥੇ ਮੋੜ ਤੇ ਤਾਸ ਜੀ ਕੱਢਣ ਲੱਗ ਗਿਆ ਸੀ। ਤੇ ਤੁਹਾਡਾ ਵੀ ਖੇਡਣ ਕੇ ਨਹੀਂ ਧਿਆਨ ਰਹਿੰਦਾ ਜਿਵੇਂ ਜਵਾਕ ਹੁੰਨੇ ਹੋ। ਲੈ ਬੇਬੇ ਸੁਣ ਲੈ, ਤੇਰੇ ਨਾਲੋਂ ਵੱਡਾ ਕੋਈ ਜਵਾਕ ਹੈਗਾ? ਆਪਦਾ ਟਾਈਮ ਤਾਂ ਇਹਨੂੰ ਯਾਦ ਨਹੀਂ ਰਹਿੰਦਾ, ਕਦੇ ਮੰਜੇ ਦੀ ਗੱਡੀ ਬਣਾ ਲੈਂਦੀ ਹੈ, ਕਦੇ ਫੱਟੀ ਤੇ ਬਹਿ ਕੇ ਗੱਡੀ ਬਣਾ ਲੈਂਦੀ ਹੈ, ਕਦੇ ਮਿੱਟੀ ਦਾ ਘਰ ਬਣਾਉਣ ਲੱਗ ਜਾਂਦੀ ਹੈ। ਉਹੀ ਤਾਂ ਗੱਲ ਹੈ ਪੁੱਤ, ਆਪਦਾ ਤਾਂ ਇਹਨੂੰ ਯਾਦ ਨਹੀਂ ਰਹਿੰਦਾ। ਮੈਨੂੰ ਤਾਂ ਪੂਰਾ ਪਤਾ ਨਹੀਂ ਲੱਗਦਾ ਬੇਬੇ, ਤੁਸੀਂ ਮੈਨੂੰ ਦੱਸ ਦਿਓ ਕਦੇ ਬੁੜੀ ਬਣ ਜਾਂਦੀ ਹੈ, ਕਦੇ ਜਵਾਕ ਬਣ ਜਾਂਦੀ ਹੈ। ਜੇ ਬਣਦੀ ਹੈ ਤਾਂ ਹੀ ਕਹਿੰਦੇ ਆ, ਇੰਨੇ ਤਾਂ ਡਾਕਟਰਾਂ ਕੋਲੇ ਲੈ ਕੇ ਤੈਨੂੰ ਤੁਰੇ ਫਿਰਦੇ ਆ, ਹੋਰ ਸਾਨੂੰ ਸ਼ੌਂਕ ਹੈ ਕੋਈ ਪੈਸੇ ਪੱਟਣ ਦਾ? ਉਹੀ ਤਾਂ ਗੱਲ ਹੈ ਬੇਬੇ, ਜਦੋਂ ਮੈਨੂੰ ਪਤਾ ਨਹੀਂ ਲੱਗਦਾ ਮੈਨੂੰ ਕੀ ਹੋਇਆ, ਮੈਂ ਤਾਂ ਚੰਗਾ ਆਪਦੀ ਚਾਹ ਬਣਾ ਕੇ ਪੀਨੀ। ਆ ਗਲਾਸ ਲੈ ਸੁਖਪਾਲ, ਚਾਹ ਲੈ। ਲੈ ਜਾਨੀ ਬੇਬੇ। ਲੈ ਕੀ ਬੁੱਝਿਆ ਜਾਵੇ ਇਹਦਾ ਵੀ, ਦੱਸਿਆ ਆ ਸ਼ੁਕਰ ਹੈ, ਕਦੇ ਨਾ ਕਦੇ ਵਿੱਚ ਦੀ ਸਹੀ ਤਾਂ ਹੋ ਜਾਂਦੀ ਹੈ। ਹਾਂ ਇੱਥੇ ਗੱਲ ਠੀਕ ਹੈ ਬੇਬੇ, ਸ਼ੁਕਰ ਹੈ ਵੀ। ਅੱਜ ਤਾਂ ਜੱਸੇ ਪੁੱਤ ਬੱਦਲ ਜਿਹੇ ਹੋ ਰਹੇ ਨੇ। ਆਊਗਾ ਅੱਜ ਵੀ ਬੇਬੇ। ਹਾਂ ਠੀਕ ਹੈ ਸੌਂਗਾ, ਪਾਣੀ ਘੱਟ ਕੱਢਣਾ ਪਊ। ਹੋਰ ਵਧੀਆ ਸਮਾਂ ਧਰਤੀ ਦਾ। ਲੈ ਜੱਸੇ ਪੁੱਤ ਚਾਹ ਪੀ ਲੈ। ਬਾਗੀ ਬੁਢਾਪੇ ਚ ਤਾਂ ਲੈ। ਹੋਰ ਲੈ ਚੱਕ ਪੁੱਤ ਚਾਹ, ਕੀ ਚੱਕ ਕੇ ਜਾਣਾ? ਉਹ ਬੇਬੇ ਮੈਂ ਤਾਂ ਹੁਣੀ ਪੀਤੀ ਸੀ। ਤੇ ਚੱਕ ਪੁੱਤ ਚਾਹ ਦਾ ਕੱਪ, ਤੂੰ ਕਦੋਂ ਪੀ ਲਈ ਚਾਹ? ਲੈ ਭੈਣੇ ਤੂੰ ਵੀ ਚੱਕ। ਲੈ ਤੂੰ ਇਹਨੂੰ ਪੁੱਤ ਦਿਸਣ ਲੱਗ ਜਾਣਾ, ਮੈਂ ਇਹਨੂੰ ਭੈਣ ਦਿਸਣ ਲੱਗ ਜਾਣੀ ਆ। ਹੋਰ ਬੇਬੇ ਹੁਣ ਤੇਰੇ ਵਰਗੀ ਬੁੜੀ ਬਣ ਗਈ ਨਾ ਫਿਰ ਇਹ ਵੀ, ਤਾਂ ਕਹਿੰਦੀ ਹੈ। ਹਾਂ ਲਾਰੀ ਭੈਣੇ ਲੱਤ ਪਰਾਂ ਨੂੰ ਕਰ, ਕਿਹੜਾ ਗੋਡੇ ਗਿੱਟਾਂ ਨਾਲ ਖੜਿਆ ਜਾਂਦਾ ਹੈਗਾ, ਮੈਂ ਬੈਠਾ ਇੱਥੇ ਮੰਜੇ ਤੇ। ਬੇਲਾ ਫੜ ਪੁੱਤ ਚਾਹ ਚੱਕ ਲੈ, ਮੈਂ ਹੀ ਚੱਕੀ ਜਾਊਂਗੀ ਹੁਣ। ਲੈ ਲੈ।
हवा भी बुलाई चली जाती है। एक तो और बेबे सेहत ठीक रहती है तेरी? बे हाँ पुत ठीक हाँ, मैं दवाइया बूटिया तुरी फिर दी। तू क्यों पुछदा मैनू, तेन पता नहीं है गल? ना ना मैं भुल गया सी, मैं तो पुछ लिया बेबे। ले मां भुल गया, माड़ी गल है तेरी। तो चल छड पुत चाह पी ल। भैन जी पुत कहिंदी तैनू शर्म नहीं आती? बराबर दी तेरे मैं हैगी हाँ तौले झटे वाली। चल कोई नहीं भैन जी, मैं तो गलती हो गई। ऐ कह ना फिर तू पी ले भैन जी, चाह पी ले। चाह तो मैं पी जानी हाँ ना, तो कहीं पाठ भी करना है। चल शुक्र है बेबे, जो बुढ़ापे च जाती है पाठ तो जरूर करती है। बेबड़े पे वेले तो सारी करते ने। हाँ बेबे वो तो ठीक है, पर ये तो जो ठीक होंगी है पाठ तो उदो भी कर लेंदी है। बेन बेबे क्यों कही जाना पुत, ये तो तेरी मासी लगती है। बेबे तेरी मैं हाँ, बेबे तो एक ही होंगी है। जो इनू बेबे कहना ईरखा जहा हो जाता मैनू। चल कोई ना, नहीं कहता इनू बेबे। ठीक है चंगा चंगा। आय हाय एक तो मसा खड़ा हो जाता है, चलिया खड़ा बुढ़े बंदे तो जाता है। ओहो की बीमारी बुझी है लाए नू। मैनू तो यही फिक्र रहिंदा बेबे, हजे तो पिंड च भी नहीं अपना लोगों को यह पता लगन दिता, ना रिश्तेदारा वाला पता है। थोड़ी शर्म जी आ जाती है भी की कहे लोगों को, विह बीमारी है। अगला सौ सौ गल्ला करता है, मखौल डाउंदा है भी कदे सुनी तो है नहीं यह जी बीमारी। होर पुत लोग तो गल ही करे फिर। बे जसे पुत हाँ, तेरे मामे का फोन आया सी अज, उन्होंने ना खंड पाठ कराया परसों भोग है। अच्छा एतवार का? हाँ एतवार का, कहते सारा परिवार आयो। इनू तो नहीं फिर बेबे लिजा सकते अपा, की पता उत्थे पाठी पुत पुत करी जाए। हाँ गल तो तेरी ठीक है पुत, फिर यह घरे रह जूगी, आप दोनों वक्त चलेंगे माँ पुत। फिर अं करा होर की करा, बाकी मामे होर पता तो है फिर यह अपनी मजबूरी है। फिर चल छेती मुड़े आवेंगे, फिर होर की है। होर पुत फिर अं कर लाँगे, आ जाएंगे फिर हथन। होर अं कर लेंगे चंगा। उड़ा उठ आड़ा अनार, ईड़ी मम्मा ईड़ी इमली, सस्सा सलेट ले आप हाथी, कक्का कबूतर सुपाल सुपाल पुत्र, गग्गा ग्लास ले बुला ला इनू सुपाल पुत। हाँ दादी पुत, मैं तो तेरे डैडी ओ मैं तो जस्सा ना रिश्तेदारी ची जाने भोग ते ध्यान रखी पुत कर दा। दादी मेरे वास्ते जलेबी ले आऊंगे? हाँ हाँ जलेबियां भी पकौड़े भी सारा कुछ लेके आऊं तेरे वास्ते। ठीक है दादी ठीक है, याद करके ले। चंगा चंगा चलिए पुत। हाँ दस्या ही सुपाल नू? हाँ दस्या ही, वो तो उड़ाड़ा पड़ी जाती है। अच्छा चल फिर आ जाओ। किधर गई सुखपाल जलेबियां पाल दी सी? इत्थे होगी अंदर होगी। सुखपाल ले अन्ना जलाहा मां ना मश करियां, मां दा नाम नहीं लेंदे हुंदे पुत। अच्छा अच्छा गलती होगी बीबी। ले सुखपाल मैं तेरे खातर ना जलेबियां ते पकौड़े ले आईयां। नहीं एदी की लोड़ थी भैणे, मेरे दंद नहीं हैगे जार नहीं हैगे, चब्बे किथे जांदे ने ही चीज मेतों। कोई चज दी चीज तो ले आउंदी बोली बुढ़िया दे खाण वाली। ले खाने दी तां चुन्नी नहीं खड़दी सिर ते, पने कईयां या चुन्नियां चलियां ने। ले कर लो क्यों नूं भांडा, सच ओदो तो यह जवाकड़ी थी जो आप तड़के गए। नहीं चल भैने रख दे अंदर, जेड़े चबे गए मैं तो चब लूंगी, तू तो करता उही काम है। नहीं भोली चीज ले आवा मैं। ले बेबे ये बुढ़ी होके दंद जड़ा भी कढ़ाई बैठी है। उही तो गल है पुत, ਕਿਵੇਂ ਠੀਕ ਲੱਗਦੀ ਅੱਜ ਤਾਂ ਕੁਛ? ਕਿਵੇਂ ਮੈਂ ਸਮਝੀ ਨਹੀਂ, ਮੈਂ ਤਾਂ ਐ ਕਹਿੰਦੇ ਵੀ ਅੱਜ ਤਾਂ ਨਹੀਂ ਬਚਪਨ ਜਿਹਾ ਬੁਢਾਪੇ ਦੀਆਂ ਜੂਨਾਂ ਚ ਪਈ। ਮੈਨੂੰ ਤਾਂ ਯਾਰ ਪਤਾ ਨਹੀਂ ਲੱਗਦਾ ਵੀ ਬੁਢਾਪੇ ਦੇ ਬਚਪਨ ਦੇ ਜੂਨਾਂ ਚ ਮੈਂ ਕਦੋਂ ਪੈਣੀ ਆ। ਮੈਨੂੰ ਤਾਂ ਤੁਸੀਂ ਮੈਨੂੰ ਮਨਾ ਲੈਣੇ। ਲੈ ਕਮਾਲ ਹੋ ਗਈ, ਤੂੰ ਸੱਚੀ ਹੋ ਗਈ, ਅਸੀਂ ਝੂਠੇ ਹੋ ਗਏ ਹੈ। ਮੈਂ ਡਾਕਟਰਾਂ ਦੇ ਤੈਨੂੰ ਉਹੀ ਲਈ ਫਿਰਦੇਆਂਗੇ, ਅਸੀਂ ਤਾਂ ਕਰਜਾਈ ਹੋ ਗਏ ਡਾਕਟਰਾਂ ਦੇ ਫਿਰਦੇ ਫਿਰਦੇ। ਤਿੰਨ ਕਿੱਲਿਆਂ ਨਾਲਾਂ ਦਾ ਅੱਜ ਕੱਲ੍ਹ ਕੀ ਵੱਟਿਆ ਜਾਂਦਾ ਨੇ, ਤੈਨੂੰ ਪਤਾ ਕਿੰਨੀ ਕਮਾਈ ਹੁੰਦੀ ਹੈ। ਇਹ ਤਾਂ ਗੱਲ ਤੁਹਾਡੀ ਸਹੀ ਹੈ, ਗੁੱਸਾ ਨਾ ਕਰੋ। ਮੈਂ ਤਾਂ ਸਵੇਰੇ ਕੀ ਗੱਲ ਕਰੀ ਤੀ, ਜਿਹੜੀ ਇੱਕ ਪਿੰਡ ਮੇਰੇ ਸਿਮਰੀ ਨਹੀਂ ਪੜ੍ਹਦੀ ਹੁੰਦੀ ਮੇਰੀ ਪੱਕੀ ਸਹੇਲੀ, ਉਹਦੀ ਮੰਮੀ ਨਾ ਚੇਅਰਮੈਨ ਬਣਾਤੀ। ਉਹਦੀ ਮੰਮੀ ਵੀ ਨਾ ਮੇਰਾ ਵਾਲਾ ਕਰਦੀ ਸੀ। ਤੁਹਾਡੀ ਨੌਕਰੀ ਦੀ ਗੱਲ ਛੇੜਾ ਉਹਦੇ ਕੋਲੇ, ਪੜ੍ਹੇ ਲਿਖੇ ਤੁਸੀਂ ਹੈਗੇ ਹੋ। ਪਤਾ ਨਹੀਂ ਯਾਰ ਮੈਂ ਤਾਂ ਕਦੇ ਦੇਖੀ ਨਹੀਂ ਉਹਦੀ ਮਾਂ, ਸਿਮਰੀ ਵੀ ਇੱਕ ਦੋ ਵਾਰੀ ਟੱਕਰੀ ਹੈ ਮੈਨੂੰ ਤਾਂ। ਨੌਕਰੀਆਂ ਮਿਲਣੀਆਂ ਕਿਹੜੇ ਸੌਖੀਆਂ ਪਈਆਂ ਸੁਪਰ, ਲੀਡਰਾਂ ਦੇ ਤਾਂ ਸਾਰਾ ਕੁਛ ਹੁੰਦਾ ਜੇ ਬੰਦਾ ਚਾਹੀਏ। ਸੱਚੀ ਸਿਮਰੀ ਦੀ ਮੰਮੀ ਨਾ ਕਰਦੀ ਮੇਰਾ ਵਾਲਾ ਸੀ, ਕਹਿੰਦੀ ਤੂੰ ਤਾਂ ਮੇਰੀ ਦੂਜੀ ਧੀ ਹੈ, ਇੱਕ ਵਾਰੀ ਆਪਾਂ ਗੱਲ ਛੇੜ ਕੇ ਦੇਖ ਲੈਂਦੇ ਹਾਂ ਗੱਲ ਕਰਨ 'ਚ ਕੀ ਹਰਜ ਹੈ। ਚੱਲ ਕੋਈ ਨਾ ਫਿਰ ਆਪਾਂ ਜਾ ਆਵਾਂਗੇ ਯਾਰ ਉਹਨਾਂ ਕੋਲੇ ਤਾਂ, ਬਸ ਤੂੰ ਠੀਕ ਹੋਵੇਂ ਜਿਵੇਂ ਅੱਜ ਹੈ। ਨਾ ਐਡੀ ਵੀ ਕੋਈ ਗੱਲ ਨਹੀਂ ਹੈਗੀ, ਜੇ ਆਪਾਂ ਉਹਨੂੰ ਉਰੇ ਬੁਲਾਵਾਂਗੇ ਸਿਮਰੀ ਨੂੰ ਲੈ ਕੇ ਉਰੇ ਵੀ ਆ ਜੂਗੀ ਉਹ। ਚੱਲ ਜਿਵੇਂ ਮਰਜ਼ੀ ਕਰਨੀ ਯਾਰ, ਆਪਣਾ ਨੌਕਰੀ ਦਾ ਜੁਗਾੜ ਬਣ ਜੇ ਫਿਰ ਆਪਣੇ ਵਰਗਾ ਕੌਣ ਹੈ। ਹੋਰ ਹੋਰ
मैं करूंगी सिमरी ना गल एक ना दिन तक कर ली हां चचा चमच छछा छतरी जज्जा जहाज चज्जा चंडा टैंका टमाटर ठठा ठेला डड्डा डड्डू टड्डा टक्कना चली जांदी तोता थत्था थरमोस ये तो मैनू नौकरी दबाउण नूं फिरदी सी आप ही डड्डा डड्डू पढ़दी फिरदी है मैं तैनू होर ना नहीं सी दवा दे ओही तां गल है जी की बाबा वेलना डैडी मैनू उड़ाला तां हल आ गया मैनू एबीसी वाली किताब ले आणा जा हां हां ले दूंगा पुत्त चंगा डैडी छुट्टी आया कवैत तो ओनू ओदी ब्याह ही देना आपां ने तां बथेरे रिश्ते आले मंगण मंगण फिरदे ने हां ओ अपना फग्गण बचोला ही मिलिया सीगा पिंड आला अच्छा ओ कहिंदा कि रिश्ता लैणोगे तुसीं बूटे नूं ਕਹਿੰਦਾ ਮੈਂ ਰਿਸ਼ਤਾ ਕਰਾਉਂਗਾ ਵਧੀਆ ਅੱਛਾ ਅੱਛਾ ਤੇਰੀ ਮਾਮੀ ਵੀ ਕਹਿੰਦੀ ਸੀ ਆਪਦੀ ਭਤੀਜੀ ਦਾ ਰਿਸ਼ਤਾ ਕਰਾਉਣ ਨੂੰ ਫਿਰਦੀ ਆ ਬੂਟੇ ਨੂੰ ਅੱਛਾ ਚਲ ਕੋਈ ਨਾ ਜਿੱਥੇ ਸੰਯੋਗ ਹੋਊਗਾ ਹੋ ਜੂ ਹਾਂ ਆਪਣੇ ਪੁਰਾਣੇ ਪਿੰਡੋਂ ਵੀ ਪੁੱਛਿਆ ਮੈਨੂੰ ਇੱਕ ਬੁੜੀ ਨੇ ਨਸੀਬੋ ਨੇ ਅੱਛਾ ਕਹਿੰਦੀ ਮੇਰੀ ਭੈਣ ਦੀ ਕੁੜੀ ਹੈ ਬਲਾਈ ਸੋਹਣੀ ਹੈ ਕੁਛ ਨਹੀਂ ਹੈ ਕੈਨੇਡਾ ਜਿੰਨੀ ਕਮਾਈ ਕਰਦਾ ਕੁਵੈਤ 'ਚ ਬੈਠਾ ਲੱਖ ਰੁਪਏ ਮਹੀਨਾ ਕਮਾਈ ਜਾਂਦਾ ਨਸੀਬੋ ਆਊਗੀ ਇੱਕ ਦਿਨ ਆਪਦੀ ਭੈਣ ਨੂੰ ਲੈ ਕੇ ਥੋੜੇ ਦਿਨਾਂ ਤੱਕ ਅੱਛਾ ਮੈਂ ਉਹਨੂੰ ਆਖਿਆ ਵੀ ਜਦੋਂ ਬੂਟਾ ਛੁੱਟੀ ਆਇਆ ਨਾ ਉਦੋਂ ਆ ਜਾਓ ਹਾਂ ਠੀਕ ਹੈ ਫਿਰ ਸੁਖਪਾਲ ਹਜੇ ਤੱਕ ਤਾਂ ਮੈਨੂੰ ਠੀਕ ਲੱਗਦੀ ਹੈ ਗੁਰਦੁਆਰੇ ਨਾ ਭੱਜ ਕੇ ਮੱਥਾ ਟੇਕਿਆ ਵਾਂ ਨਾਤੀ ਧੋਤੀ ਹੈਗੀ ਆ ਪੁੱਛਦੀ ਹਾਂ ਪਹਿਲਾਂ ਸੁਖਪਾਲ ਮੈਂ ਗੁਰਦੁਆਰੇ ਮੱਥਾ ਟੇਕਿਆ ਵਾਂ ਭੱਜ ਕੇ ਛੇਤੀ ਆ ਜੂੰਗੀ ਹਾਂ ਹਾਂ ਬੇਬੇ ਠੀਕ ਹੈ ਕੋਈ ਗੱਲ ਨਹੀਂ ਚੰਗਾ ਧਿਆਨ ਰੱਖੀ ਕੋਈ ਨਾ ਕੋਈ ਨਾ ਕੋਈ ਨਾ ਹੇ ਨਾ ਕਿ ਤਰ੍ਹਾਂ ਅੰਤਰੀ ਜੀ ਆ ਗਈ ਗਰਮੀ ਵਾਲੀ ਇੱਕ ਤਾਂ ਉੱਠ ਕੇ ਪਾਣੀ ਤਾਣੀ ਵੀ ਮਾਂ ਤੇ ਲੱਗੀ ਪਈ ਓਹੋ ਖੜਾ ਕਿਹੜਾ ਹੋਇਆ ਜਾਂਦਾ ਹੈ ਖੁੰਡੀ ਪਤਾ ਨਹੀਂ ਕਿੱਥੇ ਧਰਤੀ ਮੈਂ ਤਾਂ ਮਿਲਦਾ ਉਹ ਕੌਲੇ ਕੋਲ ਨਹੀਂ ਖੜੀ ਕਰੀ ਤੀ ਦੇਖਦੀ ਹਾਂ ਹੌਲੀ ਹੌਲੀ ਤੁਰ ਕੇ ਉਹ ਕੌਣ ਆ ਗਿਆ ਜੈ ਖਾਣੇ ਦਾ ਦੇਖਾਂ ਬਾਹਰ 'ਚ ਜਾ ਕੇ ਤੁਰਿਆ ਕਿਹੜਾ ਜਾਂਦਾ ਹੈ ਬੇ ਆਉਣੀ ਆ ਭਾਈ ਕਿਹੜਾ ਹੈ ਆਉਣੀ ਆ ਓਹੋ ਹੌਲੀ ਹੌਲੀ ਆਉਂਗੀ ਭਾਈ ਮੈਂ ਕੌਣ ਸੁੱਟੀ ਜਿੱਤੇ ਤੁਰ ਜਾਂਦੀ ਹਾਂਜੀ ਭੈਣ ਜੀ ਦੱਸੋ ਅਸੀਂ ਤਾਂ ਪੁੱਤ ਭੈਣ ਜੀ ਨੂੰ ਮਿਲਣਾ ਸੀ ਹੋਰ ਭੈਣ ਜੀ ਮੈਂ ਤੁਹਾਨੂੰ ਭਰਾ ਲੱਗਦੀ ਆ ਮੈਂ ਹੀ ਆ ਭੈਣ ਜੀ ਦੱਸੋ ਕੀ ਕੰਮ ਹੈ ਉਮਰ ਤਾਂ ਇਹਦੀ ਲੱਗਦੀ ਨਹੀਂ ਪੁੱਤ ਐਡੀ ਕਈ ਬੁੜੀਆਂ ਉਮਰ ਲਕੋ ਹੁੰਦੀਆਂ ਬੇਬੇ ਇਹੀ ਹੋਊਗੀ ਆ ਪੁੱਤ ਕੀ ਗੱਲਾਂ ਕਰਦਾ ਭੈਣ ਜੀ ਕੁਛ ਨਹੀਂ ਭੈਣੇ ਅਸਤਾਬ ਦੀ ਗੱਲ ਕਰਦੇ ਸੀ ਨਾ ਮੈਂ ਤੇਰੀ ਭੈਣ ਕਿੱਧਰੋਂ ਲੱਗੀ ਪੁੱਤ ਮੈਂ ਤੇਰੀਆਂ ਮਾਵਾਂ ਵਰਗੀ ਆ ਜੇ ਮਾਂ ਨਹੀਂ ਕਹਿਣਾ ਚਾਚੀ ਤਾਈ ਕਹਿੰਦੇ ਹੁੰਦੇ ਨੇ ਚਲੋ ਠੀਕ ਹੈ ਜੀ ਚਾਚੀ ਕਹਿ ਦੇਣਾ ਠੀਕ ਹੈ ਪੁੱਤ ਠੀਕ ਹੈ ਮੈਂ ਤੁਹਾਨੂੰ ਪਛਾਣਿਆ ਨਹੀਂ ਭੈਣ ਜੀ ਕਿਵੇਂ ਆਉਣੇ ਹੋਏ ਅੰਦਰ ਆ ਕੇ ਦੱਸਦੇ ਆ ਆ ਜਾਓ ਐਨੀ ਤੁਹਾਨੂੰ ਪਤਾ ਲੱਗਣਾ ਆ ਜਾਓ ਆ ਜਾਓ ਮੈਂ ਤਾਂ ਭੈਣ ਜੀ ਨਸੀਬੋ ਦੀ ਭੈਣ ਆ ਉਹ ਬਿਮਾਰ ਸੀ ਆ ਨਹੀਂ ਸਕੀ ਮੈਨੂੰ ਕਾਕੇ ਦੀ ਦੱਸ ਪਈ ਸੀ ਤੁਹਾਡੇ ਦੀ ਰਿਸ਼ਤੇ ਵਾਸਤੇ ਆਈ ਆ ਮੈਂ ਤਾਂ ਅੱਛਾ ਅੱਛਾ ਮੇਰੇ ਪੁੱਤ ਦੀ ਸ਼ਾਇਦ ਫਿਰ ਤੁਹਾਡੀ ਪੁੱਤ ਹੋਣਾ ਹਾਂ ਹਾਂ ਮੇਰੀ ਪੁੱਤ ਹੈ ਮੈਂ ਲੋਟ ਹੋ ਕੇ ਬਹਿ ਜਾ ਮਾੜਾ ਜਾ ਓਹੋ ਇਹ ਤਾਂ ਜੱਸੇ ਦੇ ਰਿਸ਼ਤੇ ਵਾਸਤੇ ਆਏ ਨੇ ਮੇਰੇ ਪੁੱਤ ਦੇ ਕੀ ਹੋਇਆ ਭੈਣ ਜੀ ਕੁਛ ਨਹੀਂ ਭੈਣ ਜੀ ਆ ਜਾਂਦਾ ਮੇਰਾ ਪੁੱਤ ਬਾਹਰ ਗਿਆ ਹੋਇਆਗਾ ਮੈਨੂੰ ਨਸੀਬੋ ਦੀ ਸਮਝ ਨਹੀਂ ਲੱਗੀ ਕਿਹੜੀ ਨਸੀਬੋ ਭੈਣ ਜੀ ਚੰਦ ਵਾਜੇ ਵਾਲੀ ਨਸੀਬੋ ਤੁਹਾਡੇ ਪੁਰਾਣੇ ਪਿੰਡ ਵਾਲੀ ਹਾਂ ਹਾਂ ਪਛਾਣ ਮੈਨੂੰ ਆ ਗਈ ਆ ਗਈ ਆ ਗਈ ਪਛਾਣ ਤਾਂ ਮੈਨੂੰ ਹਜੇ ਤੱਕ ਨਹੀਂ ਆਈ ਚੱਲ ਤੁਸੀਂ ਆ ਗਏ ਇੱਕੋ ਗੱਲ ਹੈ ਮੇਰੀ ਕੁੜੀ ਹੈ ਭੈਣ ਜੀ 12 ਪੜ੍ਹੀ ਹੈ ਸੋਹਣਾ ਦਾਜ ਦੇਵਾਂਗੇ ਸੋਹਣਾ ਕਰਾਂਗੇ ਵਿਆਹ ਠੀਕ ਹੈ ਜਿਹੜਾ ਕੋਈ ਕੁੜੀਆਂ ਨੂੰ ਦੇਣ ਲੈਣ ਵਾਲੀ ਚੀਜ਼ ਹੈ ਸਾਰੀ ਦੇਵਾਂਗੇ ਦੇਣ ਲੈਣ ਦੀ ਤਾਂ ਭੈਣ ਜੀ ਕੋਈ ਗੱਲ ਨਹੀਂ ਹੈਗੀ ਦਾਜ ਦੋਹੀ ਦੀ ਆਪਾਂ ਨੂੰ ਕੋਈ ਗੱਲ ਨਹੀਂ ਹੈਗੀ ਮੈਂ ਪਾਣੀ ਦੇਣੀ ਹੈ ਤੁਸੀਂ ਬੈਠੋ ਕਰਾਂ ਬੈਠੋ ਕਰਾਂ ਪਾਣੀ ਲਿਆ ਕੇ ਦਿੰਦੀ ਹਾਂ ਸਾਨੂੰ
बेबे ले मुंडा तो मैं ला आ गया आ मुंडा जा बे जा ये तो तारी की उम्र का लगता है मुंडा ये मुंडा बेबे फिर मुंडे का प्यो हो बे तो एम नहीं लगता भी जवान पुत का प्यो होगा ये बेबे जिम्मे बुढ़ी उम्र लुको है ये भी उम्र लुको हो सकता है भाई हो सकता है देख लें फिर सत्या चाचा जी बे पुत तू ए मोडा नहीं पड़ोसना ये तो तेरे भरावा वर्ग है मोडा क्यों पड़ोसना तो आ मंजा डाल लो भैन जी पानी ले पुत पानी पी ले मेरा डा पुत मंजा खड़े नहीं जाता एक गोडे कटे तो मुंडे सद लेंदे भैन जी असं माड़ा जहा मुंडा निकाता ही कट लेंदे ले कमाल कर दौ भैन जी तुम मुंडा थोड़े सामने बैठे ये मुंडा हाँ जी हाँ जी बे कौरिया बे तो अपनी कुड़ी तो बड़ा ही वड्डा है मुंडा बेबे कई बार बंदा हड्डा पैर का खुला होंदा है उम्र ओदी घट ही होंदी है चुप करके बह जावे तैनू नहीं इन्हां गल्लां बारे पता कदे तो तू कह देना मुंडा उम्र लको है कदे कह देना हड्डा पैर का खुला है की होगा भैन जी कुछ नहीं कुछ नहीं मैं तो यह कहनी भैन जी मुंडा थोड़े सामने बैठे है जरा कुछ पूछना मैनू लगता है मिश्री की बेबे है जी चेयरमैन है सुपाल ने मेरी नौकरी बारी सदी होगी मिश्री तो आया नहीं गया होना ना आप भैन जी मुंडा की गुण बनाई जे जांदे ना जी मैं तो ऐ पुछदा थीगा ये बाई कौन है मैं मुंडा जी इन्हां दा ना कौड़ा है मेरा अच्छा कौड़ा सुपाल तो मिश्री की गल कर दी थी ये बुढ़ी नाल कौड़ा आया फिर की गल हो गई पुत की गल है ना जी कुछ नहीं कुछ नहीं हाँ काका की पसंद है तेरी की चाहना है तू लगता है मैं तो नौकरी बारे पुछदी है मैं तो ये कुछ नहीं चाहता बस ऐ कहना भी जे कोई चंगी माड़ी मिल जाए ना पुत साडी कुड़ी माड़ी होगी कुड़ी मैं समझे नहीं जी ये चंगी माड़ी आड़ी केड़ी गल करती तू काका ना जी मैं तो ऊं कहता भी वधिया मिल जाए चंगी तनखा हो तनखा तनखूह वाली नहीं मिलनी पुत तैनू मैं दसा तनखा तो बगैर फिर की फायदा माता जी बे पुत आप तनखा का की करना है अपन तो कुड़ी कम वाली चाहिए है घर का कम करती चाहती है सियानी कुड़ी हाँ कुड़ी कुड़ी की लाई है मैं तो ये नहीं समझ आती तुसी बे पुत तैनू देखण आए ने रिश्ते वास्ते हैं कमाल होगी मैं तो नौकरी समझी जाना नाले तू चेयरमैन सदन नू कहंदी सी बे पुत चेयरमैन दा तां मैनू पता नहीं अस तां मंजा मैं ना अस तां आपदी कुड़ी दे रिश्ते वास्ते आए वो तो ठीक है माता मैं रिश्ता किवें लै लां मैं तां पहली ब्याह वर है तू ब्याह वर है होर आ बैठी मेरे घर वाली ये तेरे घर वाली है हाँ ये नाले तैनू पुत पुत कही जांदी है ओ माता मैं सोनू की दसा हुण ए पुत पुत्ता मैनू ही कही जांदी है मैं तां इहदे घर वाला बेबे कई बार बुढ़िया प्यार नाल कह दिंदे आ उहदे घर वाले नू पुत पुत की प्यार ना कही जांदा बे खुंडी वाल तेरे विच आ के ए मेरा पुत हैगा घर वाला कही जांदा ते शर्म नहीं आउंदी हैगी ओए सुपाल चुप कर जा क्यों दिमाग खराब करे पिया है दिमाग तां साडा खराब करता मैं तां उहने भेजता कुत्ती ने नसीबो ने सानू कानू पता थी इत्थे इहो जिहा कुछ है कमड़े करते असीं तां ਕਿਹੜੀ ਨਸੀਬੋ ਨੇ ਚੰਦਵਾਜੇ ਵਾਲੀ ਨਸੀਬੋ ਉਹ ਕਹਿੰਦੀ ਵਗ ਜਾ ਮੇਰੀ ਸਾਰੀ ਗੱਲ ਹੋਈ ਹੋਈ ਹੈ ਆਹ ਦੇਖ ਲੈ ਗੱਲ ਹੋਈ ਮੈਂ ਸਮਝ ਗਿਆ ਜਿਹਦੀ ਨਸੀਬੋ ਚਾਚੀ ਨਾਲ ਗੱਲ ਹੋਈ ਸੀ ਉਹ ਇਹ ਨਹੀਂ ਉਹ ਆ ਹੈ ਉਹ ਬੇਬੇ ਕਿੱਥੇ ਸੀ ਤੂੰ ਸਾਨੂੰ ਤਾਂ ਸੂਲੀ ਟੰਗਿਆ ਪਿਆ ਆਹ ਮਾਤਾ ਤੈਨੂੰ ਮਿਲਣ ਆਈ ਹੈ ਉਹ ਤਾਂ ਕੌਣ ਹੈ ਮੈਂ ਤਾਂ ਪਛਾਣਿਆ ਨਹੀਂ ਮੈਂ ਤਾਂ ਜੀ ਚੰਦਵਾਜੇ ਵਾਲੀ ਨਸੀਬੋ ਦੀ ਭੈਣ ਹਾਂ ਤੁਹਾਡੇ ਨਾਲ ਉਹਦੀ ਗੱਲ ਹੋਈ ਹੋਣੀ ਰਿਸ਼ਤੇ ਵਾਸਤੇ ਕਾਕੇ ਵਾਸਤੇ ਫੋਨ ਤੇ ਅੱਛਾ ਅੱਛਾ बेबे ਸੁਪਾਲ ਉਹ ਫਿਰ ਬੁੜੀਆਂ ਵਾਲੇ ਉਚਾਰੀ ਹੈ ਨਾ ਹੁਣ ਚੱਲ ਸੁਪਾਲ ਅੰਦਰ ਚੱਲ ਪੁੱਤ ਲੈ ਕੇ ਚੱਲ ਇਹਨੂੰ ਸੁਪਾਲ ਚੱਲ ਉੱਠ ਸੁਪਾਲ ਦਾ ਕਮਾਲ ਹੋ ਗਈ ਤੇਰੇ ਕਰੀਆਂ ਤੂੰ ਮੇਰਾ ਨਾਂ ਲਈ ਜਾਣਾ ਨਾਂ ਨਹੀਂ ਲੈਂਦੇ ਹੁੰਦੇ ਪੁੱਤ ਮਾਂ ਦਾ ਉਹ ਹੱਥ ਬੰਨੇ ਤੇਰੇ ਮੂਰੇ ਬੇਬੇ ਆ ਜਾ ਤੂੰ ਆ ਜਾ ਅੰਦਰ ਆ ਜਾ ਚੰਗਾ ਆ ਕੀ ਚੱਕਰ ਹੈ ਭੈਣ ਜੀ ਮੈਂ ਨਹੀਂ ਸਮਝੀ ਕੁਛ ਕੀ ਦੱਸਾਂ ਭੈਣ ਜੀ ਇਹ ਤਾਂ ਨਾ ਮੇਰੀ ਨੂੰਹ ਨੂੰ ਵੱਖਰੀ ਬਿਮਾਰੀ ਲੱਗ ਰਹੀ ਹੈ ਕਦੇ ਤਾਂ ਇਹ ਆਪਦੇ ਆਪ ਨੂੰ ਜਵਾਕੜੀ ਸਮਝਣ ਲੱਗ ਜਾਂਦੀ ਹੈ ਕਦੇ ਇਹ ਆਪਦੇ ਆਪ ਨੂੰ ਬੁੜੀ ਸਮਝਣ ਲੱਗ ਜਾਂਦੀ ਹੈ ਅੱਛਾ ਅੱਛਾ ਤਾਂ ਹੀ
ਬੂ ਮੈਂ ਤਾਂ ਪਹਿਲੀ ਵਾਰੀ ਸੁਣਿਆ ਹੈ ਜਾਂ ਰੋਗ ਤੁਸੀਂ ਤਾਂ ਭੈਣੇ ਸੁਣਿਆ ਹੀ ਹੈ ਅਸੀਂ ਦੇਖ ਚੁੱਕੇ ਹਾਂ ਦੇਖ ਹੀ ਜਾਂਦੇ ਹਾਂ ਬਹੁਤ ਡਾਕਟਰਾਂ ਦੇ ਲੈ ਗਏ ਕਿਤੋਂ ਹੱਲ ਨਹੀਂ ਹੋਇਆ ਅੱਛਾ ਭੈਣ ਜੀ ਸਾਨੂੰ ਤਾਂ ਬੜਾ ਦੁੱਖ ਹੋਇਆ ਸੁਣ ਕੇ ਬਸ ਭੈਣੇ ਮੇਰੇ ਤਾਂ ਮੁੰਡੇ ਦੀ ਵਿਚਾਰੇ ਦੀ ਜ਼ਿੰਦਗੀ ਖਰਾਬ ਹੋ ਗਈ ਕਵਾਇਤ ਵਾਲਾ ਮੁੰਡਾ ਨਹੀਂ ਦਿਸਦਾ ਭੈਣੇ ਕਿਤੇ ਆਊਗਾ ਭੈਣੇ ਹਜੇ ਉਹ 15-20 ਦਿਨਾਂ ਤੱਕ ਨਸੀਬੋ ਤਾਂ ਕਹਿੰਦੀ ਤੀ ਭੈਣੇ ਆ ਗਿਆ ਉਹ ਆਪ ਢਿੱਲੀ ਜੀ ਸੀ ਮੈਨੂੰ ਕਹਿੰਦੀ ਤੂੰ ਜਾਇਆ ਨਾ ਨਾ ਹਜੇ ਆਇਆ ਨਹੀਂ ਉਹਨੂੰ ਭੁਲੇਖਾ ਪੈ ਗਿਆ ਭੈਣੇ ਮੈਂ ਤਾਂ ਉਹਨੂੰ ਐਂ ਕਿਹਾ ਸੀ ਵੀ ਹਜੇ ਆਉਣਾ ਹੈ ਅੱਛਾ ਅੱਛਾ ਭੈਣ ਜੀ ਮੈਨੂੰ ਤਾਂ ਤੁਹਾਡੀ ਨੂੰਹ ਬਾਰੇ ਸੁਣ ਕੇ ਬੜਾ ਦੁੱਖ ਹੋਇਆ ਮਾਤਾ ਜੀ ਇੱਕ ਅੰਮ੍ਰਿਤਸਰ ਡਾਕਟਰ ਨਹੀਂ ਹੈਗੀ ਜੇ ਤੁਸੀਂ ਉਹਦੇ ਕੋਲ ਦਿਖਾਓ ਇਹਨੂੰ ਮੈਨੂੰ ਪੱਕਾ ਯਕੀਨ ਆ ਵੀ ਉਹ ਠੀਕ ਕਰ ਦੇਣਗੇ ਇਹਨੂੰ ਉਹ ਮਾਨਸਿਕ ਰੋਗੀਆਂ ਦੇ ਡਾਕਟਰ ਹੈ ਅੱਛਾ ਪੁੱਤ ਡਾਕਟਰਾਂ ਕੋਲ ਤਾਂ ਅਸੀਂ ਬਾਲਿਆਂ ਕੋਲ ਹੀ ਲੈ ਗਏ ਪਰ ਉਹਦੇ ਵਰਗਾ ਡਾਕਟਰ ਨਹੀਂ ਮਿਲਣਾ ਮਾਤਾ ਸਾਨੂੰ ਮੈਨੂੰ ਪੱਕਾ ਯਕੀਨ ਆ ਉਹ ਇਹਨੂੰ ਠੀਕ ਕਰ ਦੂ ਸਾਡੇ ਪਿੰਡ 30 ਸਾਲ ਤੋਂ ਕਾਮਲਾ ਬੰਦਾ ਠੀਕ ਕਰਤਾ ਉਹਨੇ ਬੇ ਪੁੱਤ ਜੰਟੇ ਕਾਮਲੇ ਦੀ ਗੱਲ ਕਰਦਾ ਹਾਂ ਬੇਬੇ ਜਮਾਂ ਠੀਕ ਆ ਉਹ ਹੁਣ ਕਰਿਆਨੇ ਦੁਕਾਨ ਪਾਈ ਬੈਠਾ ਗਾ ਦੇਖ ਲੈ ਭੈਣੇ ਇਹ ਸਹੀ ਗੱਲ ਹੈ ਕਿੱਥੋਂ ਦਾ ਡਾਕਟਰ ਹੈ ਬਾਈ ਅੰਮ੍ਰਿਤਸਰ ਦੀ ਡਾਕਟਰ ਨਹੀਂ ਆ ਬਾਈ ਬਹੁਤ ਸਿਆਣੀ ਹੈਗੀ ਇੱਕ ਵਾਰੀ ਲੈ ਕੇ ਤਾਂ ਜਾਓ ਉਹਦੇ ਕੋਲ ਚਾਚੀ ਜੀ ਨੂੰ ਮੇਰਾ ਮਤਲਬ ਭਰਜਾਈ ਨੂੰ ਊਂ ਤਾਂ ਅਸੀਂ ਕੋਈ ਡਾਕਟਰ ਛੱਡਿਆ ਨਹੀਂ ਹੈਗਾ ਚੱਲ ਲੈ ਜਾਾਂਗੇ ਫਿਰ ਮੈਨੂੰ ਪੱਕਾ ਯਕੀਨ ਆ ਬਾਈ ਉੱਥੋਂ ਠੀਕ ਹੋ ਜੂ ਤੇਰੇ ਘਰ ਵਾਲੀ ਹਾਂ ਕੋਈ ਨਾ ਬਾਈ ਲੈ ਜਾਾਂਗੇ ਤੂੰ ਐਂ ਕਰ ਐਡਰੈਸ ਲਿਖਾ ਮੈਂ ਐਡਰੈਸ ਤਾਂ ਬਾਈ ਮੈਂ ਤੈਨੂੰ ਜਾਂਟੇ ਦੇ ਘਰ ਦਿਆਂ ਤੋਂ ਪੁੱਛ ਕੇ ਦੱਸੂਗਾ ਤੂੰ ਐਂ ਕਰ ਮੈਨੂੰ ਆਪਦਾ ਨੰਬਰ ਲਿਖਾ ਦੇ ਹਾਂ ਲਿਖ ਲੈ ਦੱਸੋ 98-762-5925 ਠੀਕ ਹੈ ਬਾਈ ਪੁੱਤ ਯਾਦ ਕਰਕੇ ਲਿਖਿਆ ਦੀ ਹਾਂ ਹਾਂ ਮਾਤਾ ਬੇਫਿਕਰ ਹੋ ਜਾਓ ਕੋਈ ਗੱਲ ਨਹੀਂ ਪੁੱਛ ਕੇ ਦੱਸੂ ਲੈ ਭੈਣ ਜੀ ਆਪਣੀ ਘਰ ਦੀ ਗੱਲ ਹੈ ਇਹ ਕੀ ਕਿਸੇ ਦੀ ਗੱਲ ਹੈ ਪੱਕਾ ਹੀ ਦਿਖਾ ਕੇ ਜਾਊ ਮੁੰਡਾ ਠੀਕ ਹੈ ਭੈਣ ਜੀ ਬਾਕੀ 15-20 ਦਿਨਾਂ ਤੱਕ ਮੁੰਡਾ ਆ ਜਾਊਗਾ ਅਸੀਂ ਉਹਨੂੰ ਫੋਨ ਕਰ ਦਿਆਂਗੇ ਕੋਈ ਨਾ ਭੈਣ ਜੀ ਠੀਕ ਹੈ ਹੈਲੋ ਹਰਬੰਸ ਕੌਰ ਬਰਾੜ ਠੀਕ ਹੈ ਡਾਕਟਰ ਹਰਬੰਸ ਕੌਰ ਬਰਾੜ ਲਿਖ ਲਈ ਪਤਾ ਨਹੀਂ ਕਿਹਦਾ ਫੋਨ ਆ ਗਿਆ ਜੱਸੇ ਨੂੰ ਬੇਬੇ ਉਸੇ ਮੁੰਡੇ ਦਾ ਫੋਨ ਆਇਆ ਸੀ ਕਵਰੇ ਦਾ ਜਿਹੜਾ ਉਦਿਆ ਆਇਆ ਸੀ ਉਹ ਬੁੜੀ ਨਾਲ ਅੱਛਾ ਡਾਕਟਰ ਦਾ ਐਡਰੈਸ ਲਿਖਾਇਆ ਉਹਨੇ ਅੱਛਾ ਵਧੀਆ ਹੋ ਗਿਆ ਫਿਰ ਪੁੱਤ ਆਪਾਂ ਲੈ ਕੇ ਚੱਲੀਏ ਫਿਰ ਇਹਨੂੰ ਹਾਂ ਲੈ ਚੱਲਾਂਗੇ ਇੱਕ ਅੱਧੇ ਦਿਨ ਤੱਕ ਹਾਂ ਠੀਕ ਹੈ ਹੋਰ ਇੱਕ ਦਿਨ ਜਾਣ ਚਲੇ ਜਾਂਦੇ ਇੱਕ ਆਉਣ ਚਲੇ ਜਾਂਦੇ ਮੈਂ ਨਹੀਂ ਬਿਜਲੀ ਲਵਾਉਣੀ ਹੈ ਡਾਕਟਰ ਤਾਂ ਉਹੀ ਬਕਾਈ ਮਾਰੇ ਜਾਂਦਾ ਹੈ ਲੈ ਲਵਾਉਣੀਆਂ ਕਿਉਂ ਨਹੀਂ ਤਾਂ ਲਵਾਉਣੀਆਂ ਪੈਣਗੀਆਂ ਹੁਣ ਫੇਰ ਹੀ ਠੀਕ ਹੋਏਗੀ ਹੋਰ ਪੁੱਤ ਬਿਜਲੀਆਂ ਤਾਂ ਲਵਾਉਣੀਆਂ ਪੈਣਗੀਆਂ ਮੈਨੂੰ ਹੋਇਆ ਕੀ ਹੈ ਮੈਨੂੰ ਤਾਂ ਨਹੀਂ ਸਮਝ ਆਉਂਦੀ ਤੈਨੂੰ ਨਹੀਂ ਨਾ ਪਤਾ ਤੈਨੂੰ ਕੀ ਹੋਇਆ ਸਾਨੂੰ ਪਤਾ ਹੈ ਹੁਣ ਡਾਕਟਰ ਨੇ ਜ਼ਿੰਮੇਵਾਰੀ ਲਈ ਹੈ ਕਹਿੰਦਾ ਜਮਾਂ ਠੀਕ ਹੋ ਜੂ ਇਲਾਜ ਤਾਂ ਤੈਨੂੰ ਕਰਾਉਣਾ ਹੀ ਪਊਗਾ ਕੋਈ ਜਾਨ ਨਹੀਂ ਨਿਕਲਦੀ ਤੇਰੀ ਬਾਕੀ ਉਹ ਤਾਂ ਫਿਰ ਖਿਹੜਾ ਛੁੱਟ ਜੂ ਤੇਰਾ ਰੋਗ ਤੋਂ ਐਂ ਤਾਂ ਸੋਚ ਹੋਰ ਪੁੱਤ ਡਾਕਟਰ ਦੇ ਤਾਂ ਤੈਨੂੰ ਜਾਣਾ ਪਊਗਾ ਡਰਨ ਵਾਲੀ ਕੋਈ ਗੱਲ ਨਹੀਂ ਉਹ ਤਾਂ ਸੁਣਨ ਕਰ ਦਿੰਦੇ ਨੇ ਘਬਰਾਈ ਦਾ ਨਹੀਂ ਹੁੰਦਾ ਬੇਬੇ ਮੈਂ ਤਾਂ ਡਾਕਟਰ ਨੂੰ ਲਿਆਉਣਾ ਕੀ ਗੱਲ ਤਾਂ ਝੋਟੀ ਵਾਲੀ ਬਿਮਾਰ ਹੋ ਰਹੀ ਹੈਗੀ ਅੱਛਾ ਕੀ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਉੱਠਦੀ ਨਹੀਂ ਹੈਗੀ ਉਹ ਤਾਂ ਛੇਤੀ ਕਰ ਫਿਰ ਪੁੱਤ ਲੈ ਕੇ ਆ ਡਾਕਟਰ ਨੂੰ ਲਿਆਉਣਾ ਮੈਂ ਤੇ ਕੀ ਕਹਿੰਦਾ ਜੱਸੇ ਡਾਕਟਰ ਡਾਕਟਰ ਟੀਕਾ ਲਾ ਗਿਆ ਅੱਛਾ ਬਾਕੀ ਮੈਂ ਨਾਲ ਉਹਦੇ ਬਾਗਿਆ ਦੀ ਦਵਾਈ ਵੀ ਲਿਆ ਕੇ ਦੇਤੀ ਕਹਿੰਦਾ ਹੋ ਜੂ ਅੱਧੇ ਘੰਟੇ ਤੱਕ ਠੀਕ ਹੋਰ ਮੈਨੂੰ ਤਾਂ ਫਿਕਰ ਲੱਗਿਆ ਪਿਆ ਜਦੋਂ ਆਪਾਂ ਸੁਖਪਾਲ ਦਾ ਇਲਾਜ ਕਰਾਉਣ ਅੰਮ੍ਰਿਤਸਰ ਜਾਵਾਂਗੇ ਕਿਹਨੂੰ ਸਮਾ ਕੇ ਜਾਵਾਂਗੇ ਆਪਾਂ ਮੈਸਾਂ ਮੈਸਾਂ ਫਿਰ ਚਾਚੇ ਕਿਹਨੂੰ ਕਹਿ ਦਾਂਗੇ ਹੋਰ ਕੀ ਹੈ ਹੈ ਹੋਰ ਉਹ ਡਾਕਟਰ ਤਾਂ ਲੈ ਆਪਦੀ ਫ੍ਰਿਜ ਵੀ ਉਰੀ ਭੁੱਲ ਗਿਆ ਅੱਛਾ ਪੁੱਤ ਫਿਰ ਤੂੰ ਮੋੜ ਆਉਂਦਾ ਜਾ ਕੇ ਮੈਂ ਕਰਿਆ ਸੀ ਫੋਨ ਉਹ ਕਹਿੰਦਾ ਮੈਂ ਕੋਈ ਨਾ ਲੰਘਦਾ ਟੱਪਦਾ ਫੇਰ ਲੈ ਜੂੰ ਫੜ ਕੇ ਉਹਨਾਂ ਕੋਲ ਕਿਹੜਾ ਇੱਕ ਸਿਰਿੰਜ ਹੁੰਦੀ ਹੈ ਐਂ ਤਾਂ ਹੁੰਦੀਆਂ ਇਹਨਾਂ ਕੋਲ ਪ੍ਰਬੰਧ ਤਾਂ ਆਪਦਾ ਪੂਰਾ ਹੁੰਦਾ ਆਪ ਹੀ ਲੈ ਜੂੰ ਕਹਿੰਦਾ ਮੈਂ ਫੜ ਕੇ ਓ ਅੱਗ ਲਾਈ ਜਾਂਦਾ ਰੱਬ ਵੀ ਆ ਬੇਬੇ ਦੇਹੀਂ ਪਾਣੀ ਦਾ ਗਲਾਸ ਲੈ ਪੁੱਤ ਜੱਸੇ ਪੁੱਤ ਹੁਣ ਤਾਂ ਆਪਾਂ ਨੂੰ ਨਾ ਦਵਾਈ ਨੂੰ ਹਫ਼ਤਾ ਹੋ ਗਿਆ ਅੰਮ੍ਰਿਤਸਰੋਂ ਸੁਖਪਾਲ ਨੂੰ ਹੁਣ ਤਾਂ ਜਮਾਂ ਠੀਕ ਲੱਗਦੀ ਹੈ ਹੁਣ ਨਾ ਤਾਂ ਕਦੇ ਜਵਾਕੜੀ ਬਣੀ ਆ ਨਾ ਕਦੇ ਬੁੜੀ ਹਾਂ ਬੇਬੇ ਹੁਣ ਤਾਂ ਠੀਕ ਹੋ ਗਈ ਜਿਹੜਾ ਇਹਦਾ ਰੋਗ ਕੱਟਿਆ ਗਿਆ ਆਪਾਂ ਤਾਂ ਉਹਦਾ ਸਾਨ ਨਹੀਂ ਭੁੱਲ ਸਕਦੇ ਜਿਨ੍ਹਾਂ ਨੇ ਦੱਸ ਪਾਈ ਤੀ ਡਾਕਟਰ ਦੀ ਕੌਰੇ ਹੋਰਾਂ ਨੇ ਨਹੀਂ ਭੁੱਲ ਸਕਦੇ ਪੁੱਤ ਨਹੀਂ ਭੁੱਲ ਸਕਦੇ ਪਰਮਾਤਮਾ ਲੰਮੀ ਉਮਰ ਕਰੇ ਵਿਚਾਰਿਆਂ ਦੀ
ले मैं बैठे की कर दी दाल पानी का बेड़ा होया पे आलू गंढे चीर दी गंढे तो आप पे ने चल पहला गंढे चीर लेंगे कर दे कितने धरती कर दें बेबे ने इधर धरती हो टोकरे च ना पिया हो टोकरे च भी नहीं है कर दो किधर गई टीका मैं तो डॉक्टर नहीं हाँ मैं उ आलू गंढे चीरती फिर दी ओके मरीज लावा बेचारे दे टीका बेबे इधर ही भाजा तेरे भी ला दू इधर ही मुड़ जा वो किन्नी सिरिंज लाई बैठी है वो ओहो हो खड़ता जा मैं डॉक्टर नहीं हां खड़ जा तू खड़ जा सा बचा ला ना मैंने मैं बचा ला तू मैं डॉक्टर नहीं हां खड़ जा तू खड़ जा मैं डॉक्टर ने टीका लगा दे बस 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 टीका ला ना कर बेबे दे में छोड़ दे छोड़ दे छोड़ दे टीका लगा नहीं मैं छोड़ दे छोड़ दे डॉक्टर नहीं हां मैं छोड़ दे ओहो हो आ जा अंदर आ जा चल चल अंदर वो मैं मर जा मैं साला चक्की फिर दिया ता ਹੋਰ ਹੀ ਪੰਗਾ ਕਰ ਲੈ ਨਾ ਬੇ ਜੱਸੇ ਬਾਹਰ ਲਾਇਆ ਹੁੰਦਾ ਲਾਤਾ ਬੇਬੇ ਕੁੰਡਾ ਲਾਤਾ ਹੁਣ ਤਾਂ ਹਾਏ 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 ਬੇ ਜੱਸੇ ਤਾਂ ਹੋਰ ਪਾਗਲ ਹੋ ਗਈ ਹੋਰ ਉਹ ਮੇਰੇ ਸਾਲੇ ਕਵਰੇ ਨੇ ਤਾਂ ਚੰਗੀ ਡਾਕਟਰ ਨਹੀਂ ਮਿਲਵਾਈ ਹਾਏ ਹੋਰ ਹੀ ਪੂੜੇ ਪਾੜਨ ਲੱਗ ਗਏ ਤਾਂ ਓਹੋ ਮੇਰੇ ਸਾਲੇ ਨੂੰ ਮੈਂ ਫੋਨ ਨਾ ਲਾ ਕੇ ਕਹਾਂ ਲਾ ਭਾਈ ਫੋਨ ਹੈਲੋ ਹਾਂ ਕੀ ਹਾਲ ਆ ਬਾਈ ਠੀਕ ਹੈ ਕੀ ਹਾਲ ਆ ਭਰਜਾਈ ਦਾ ਹੁਣ ਸਾਲਿਆ ਭਰਜਾਈ ਤਾਂ ਤੇਰੀ ਹਰਬੰਸ ਕੌਰ ਬਰਾੜ ਬਣੀ ਬੈਠੀ ਹੈ ਸਾਡੇ ਮਗਰ ਟੀਕੇ ਲੈ ਕੇ ਭੱਜੀ ਫਿਰਦੀ ਹੈ ਅੱਛਾ ਬਾਈ ਯਾਰ ਸਾਲਾ ਅੱਛਾ ਦਾ ਅਸੀਂ ਨਹੀਂ ਤੁਹਾਡੀ ਕੁੜੀ ਦਾ ਰਿਸ਼ਤਾ ਕਰਨਾ ਸਾਡੇ ਮੁੰਡੇ ਨਾਲ ਸਾਲੇ ਉਹ ਕਿੱਧਰ ਫਸਾਤਾ ਸਾਨੂੰ ਉਹ ਚੰਗੀ ਸ਼ਾਬਾਸ਼ੀ ਦੇ ਜਾਂਦਾ ਬਾਈ ਯਾਰ ਤੂੰ ਮੈਨੂੰ ਸ਼ਾਬਾਸ਼ੀ ਕਾਹਦੀ ਦੇ ਮੈਂ ਤੈਨੂੰ ਸਾਲਿਆ ਤੂੰ ਮੇਰਾ ਪੁੜਾ ਪੜਵਾਤਾ ਡੰਗਰਾਂ ਵਾਲੇ ਟੀਕੇ ਨਾਲ ਸ਼ਾਬਾਸ਼ੀ ਦੇ ਮਹਾਂ ਜੇ ਮੈਂ ਤੈਨੂੰ ਹੁਣ ਕੀ ਬਣੂੰਗਾ ਪੁੱਤ ਐਦੂ ਤਾਂ ਆਪਾਂ ਪਹਿਲਾਂ ਹੀ ਸੌਖੇ ਸੀ ਹੁਣ ਇਹਦਾ ਕੀ ਪਤਾ ਆਪਣੇ ਸੁੱਤੇ ਪਿਆਂ ਦੇ ਟੀਕਾ ਕੱਢ ਦੇ ਜਾਂ ਕੋਈ ਗੋਲੀ ਮੂੰਹ 'ਚ ਪਾ ਦੇ ਹੋਰ ਬੇਬੇ ਹਾਂਜੀ ਸਤਿ ਸ਼੍ਰੀ ਅਕਾਲ ਸਲਾਮ ਅਦਾਬ ਨਮਸਕਾਰ ਤੁਸੀਂ ਜੁੜੇ ਹੋ ਪਿੰਡੂ ਵਿਰਸਾ ਦੇ ਨਾਲ ਹੁਣ ਵਾਰੀ ਹੈ ਕਮੈਂਟ ਵਾਲਿਆਂ ਦੀ ਸਰਬਜੀਤ ਸਿੰਘ ਰਿਟਾਇਰਡ ਲੈਕਚਰਾਰ ਅਰਸ਼ਦੀਪ ਸਿੰਘ ਕਾਕੜਾ ਜਥੇਦਾਰ ਹਰਨਵ ਸਿੰਘ ਰੀਤ ਸਾਧਨਵਾਸ ਜਸਵਿੰਦਰ ਸਿੰਘ ਸੰਗਲਾ ਮੋਹਨਪ੍ਰੀਤ ਸਿੰਘ ਸੁਰਿੰਦਰ ਸ਼ਿੰਦੀ ਮੰਡੀ ਖਰੜ ਸੁਰਜੀਤ ਸਿੰਘ ਗੁਲਿਆਨੀ ਅਮਨ ਅਬੋਰ ਨੀਲਮ ਡੇਰਾਬਸੀ ਜਸਵੀਰ ਕੌਰ ਫਫੜੇ ਭਾਈਕੇ ਗੱਗੂ ਆਲਮਪੁਰ ਗੁਰਪ੍ਰੀਤ ਸਿੰਘ ਗਿੱਲ ਸ਼ੇਰਕਲ ਬੇਰਕਲਾਂ ਅਵਤਾਰ ਸਿੰਘ ਗਿੱਲ ਬੇਰਕਲਾਂ ਮਨਸੀਰਤ ਕੌਰ ਬਲਾਹੜ ਸਿਮਰਜੀਤ ਸਿੰਘ ਵੀਰੋਕੇ ਗੋਰਾ ਮਾਨ ਭੈਣੀ ਬਾਘਾ ਮਨਜੀਤ ਕੌਰ ਮੱਲਾਂ ਵਾਲਾ ਜਗਰਾਜ ਸਿੰਘ ਦਰੇਲ ਵਾਲਾ ਰੀਤੂ ਸ਼ਰਮਾ ਲਕਸ਼ਮਣ ਨੂਰ ਮਹਿਲ ਦੀਪੀ ਮੰਡੀ ਗੋਬਿੰਦਗੜ੍ਹ ਭਸੀਨ ਫੈਮਿਲੀ ਖੰਨਾ ਸੁਖਬੀਰ ਕੌਰ ਸੁਲਤਾਨਪੁਰ ਔਲਖ ਅਜੈਬ ਭਲਵਾਨ ਜਗਤਾਰ ਘੁਮਾਣ ਜਗਰਾਓਂ ਬਲਵਿੰਦਰ ਪਹੂਵਿੰਡ ਪਰਮਜੀਤ ਧਾਲੀਵਾਲ ਕੈਨੇਡਾ ਬਲਜੀਤ ਕੌਰ ਨਿੱਕੂਅਣ ਅਮਰਜੀਤ ਕੌਰ ਮੱਲੀ ਬੋੜ ਸਿੰਘ ਪੱਕਾ ਫਰੀਦਕੋਟ ਅਵਤਾਰ ਬੀਕਾਨੇਰ ਬਲਵਿੰਦਰ ਕੌਰ ਕਨੇਚ ਗੁਰਪ੍ਰੀਤ ਅਮਰੀਕਾ ਮਨਜੋਤ ਅਮਰੀਕਾ ਰਮਨਜੀਤ ਕਲੇਰ ਬਲਜੀਤ ਕੌਰ ਜਗਰਾਓਂ ਬਲਵਿੰਦਰ ਸਿੰਘ ਛਿੰਦੜਾ ਸਰਬਜੀਤ ਸੇਖੋਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਅਤੇ ਵਿਸ਼ਵਾਸ ਕਰਕੇ ਵੀਡੀਓ ਦੇਖਦੇ ਰਹੋ ਸ਼ੁਕਰੀਆ ਜੀ ਮਿਹਰਬਾਨੀ